ਕਿਆ ਬਾਤ ਹੈ ਜੀ ਮੇਰੇ ਬੇਲੀ, ਮੇਰੇ ਸ਼ਿਕਾਰੀ ਵੀਰ, ਮੇਰੇ ਸੱਜਣ ਪਿਆਰੇ ਪਾਕਿਸਤਾਨੀ ਔਰ ਪੂਰੀ ਦੁਨੀਆ 'ਚ ਸ਼ੌਕ ਸ਼ਿਕਾਰ ਨਾਲ ਤਲਕ ਰੱਖਣ ਵਾਲੇ ਸਾਰੇ ਹੀ ਲਾਡਲੇ, ਸਾਰਿਆਂ ਨੂੰ ਅੱਲਾ ਖੁਸ਼ ਰੱਖੇ ਜੀ। ਬੇਲੀਓ, ਮੈਂ ਅੱਜ ਗੁਜਰਾਂਵਾਲਾ ਅਲੀਪੁਰ ਚੱਠਾ ਪੰਡੋਰੀ। ਕਿਆ ਬਾਤ ਹੈ ਜੀ, ਚੌਧਰੀ ਜ਼ੁਲਫਕਾਰ ਚੱਠਾ ਸਾਹਿਬ ਦੇ ਡੇਰੇ 'ਤੇ ਹਾਂ ਜੀ। ਅੱਲਾ ਮੇਰੇ ਭਰਾ ਨੂੰ ਖੁਸ਼ ਰੱਖੇ ਜੀ। ਇਹਨਾਂ ਦਾ ਤਲਕ ਜੀ ਪੀ ਕੇ ਇਨਸਾਫ ਗਰੁੱਪ, ਸਦਰ ਖਾਨ ਅਬਦੁਲ ਕਯੂਮ ਖਾਨ ਸਾਹਿਬ, ਚੌਧਰੀ ਮੋਹਨ ਡੱਬ ਸਾਹਿਬ। ਕਿਆ ਬਾਤ ਹੈ ਜੀ, ਜਿਨ੍ਹਾਂ ਦੇ ਦੋ ਮੈਚ ਬਹੁਤ ਬੜੇ ਫਿਕਸ ਹੋਏ ਜੀ, ਪਾਕ ਕਸ਼ਮੀਰ ਪੈਂਥਰ ਗਰੁੱਪ ਨਾਲ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬੇਲੀਓ, ਚੱਸ ਆ ਗਈ ਸ਼ੌਕ ਸ਼ਿਕਾਰ ਦੀ, ਕਿਆ ਬਾਤ। ਜਨਾਬੇ ਅਲੀ ਚੌਧਰੀ ਜ਼ੁਲਫਕਾਰ ਚੱਟਾ ਸਾਹਿਬ ਭਾਈ ਜਾਨ, ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਕੈਸੀਆਂ ਤਬੀਤਾਂ ਜੀ? ਸ਼ੁਕਰ ਅਲਹਮਦੁਲਿਲਾ ਜੀ, ਤੁਹਾਡੀਆਂ ਦੁਆਵਾਂ। ਰਾਜ਼ੀ ਬਾਜ਼ੀ ਹੋ ਜੀ, ਮੇਰਾ ਬੜਾ ਦਿਲ ਜੀ, ਮੇਰਾ ਤੁਹਾਡੇ ਨਾਲ ਬਹੁਤ ਪੁਰਾਣਾ ਤਲਕ ਜੀ। ਹਾਂਜੀ, 20-25 ਸਾਲ ਦਾ ਜੀ। ਹਾਂ, 20-25 ਸਾਲ ਦਾ ਤਲਕ ਜੀ। ਅੱਲਾ ਖੁਸ਼ ਰੱਖੇ ਜੀ। ਚੱਟਾ ਸਾਹਿਬ, ਇਸ ਜਾਨਵਰ ਦਾ ਕੀ ਨਾਂ ਜੀ? ਇਹਦਾ ਨਾਂ ਹੈ ਜੀ ਜੱਲੂ। ਥੋੜ੍ਹਾ ਉੱਚੀ ਬੋਲੋ ਜੀ। ਜੱਲੂ ਕੁੱਤੇ ਦਾ ਨਾਂ, ਝੱਲੂ। ਹਾਂਜੀ। ਇਹਦੀ ਕਿੰਨੀ ਉਮਰ ਜੀ? ਇਹਦੀ ਉਮਰ ਹੋ ਗਈ 3.5 ਸਾਲ। 3.5 ਸਾਲ ਸਰ, ਇਹਦੀ ਲੰਬਾਈ ਤਾਂ ਆਮ ਕੁੱਤਿਆਂ ਨਾਲੋਂ ਬਹੁਤ ਜ਼ਿਆਦਾ ਜੀ। ਹਾਂਜੀ, ਲੰਬਾ। ਜਨਾਬੇ ਅਲੀ, ਲੰਬਾਈ ਵੇਲ ਬਹੁਤ ਅੱਛੀ ਜੀ, ਇਹਦੀ ਹਾਈਟ ਕਿੰਨੀ ਜੀ? ਅਸੀਂ ਤਾਂ 3.5-3.1 ਬੋਲ ਰਹੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਡਬਲ ਬਾਡੀ ਜੀ। ਤੱਪਣੀਆਂ ਮੈਚ 10 ਕੁ ਤੱਪਣੀਆਂ? ਅੱਛਾ ਜੀ। ਇੱਕ ਮੈਚ ਕਿੱਥੇ ਲੜਿਆ ਜੀ? ਇਹ ਪਿਛਲੇ ਸਾਲ ਸਰਦਾਰ ਇਮਰਾਨ ਦੇ ਖਿਲਾਫ ਮਗਸੀਆਂ ਦਾ ਸੀ ਕੁੱਤਾ, ਗੁਲਾਮ ਮੁਰਤਜ਼ਾ ਮਗਸੀ ਵਾਲੇ ਕੁੱਤੇ ਕਾਲੇ ਨਾਲ ਲੜਿਆ ਸੀ। 26 ਮਿੰਟ ਲੜਾਈ ਹੋਈ ਸੀ। ਪਿੰਡੀ ਪੱਟੀਆਂ ਮੈਚ ਹੋਇਆ ਸੀ? ਪਿੰਡੀ ਪੱਟੀਆਂ ਮੈਚ ਹੋਇਆ। ਬਹੁਤ ਬੜਾ ਮੈਚ, ਤਾਰੀਖੀ ਮੈਚ ਹੋਇਆ ਸੀ ਜੀ। ਉੱਥੇ ਖਾਨ ਸਾਹਿਬ ਦਾ ਰੋਨਾਲਡੋ ਵੀ ਲੜਿਆ ਸੀ ਜੀ। ਇਸ ਤਰ੍ਹਾਂ ਸਰਦਾਰ ਇਮਰਾਨ ਭਾਈ ਔਰ ਮੋਹਨ ਭਾਈ ਦਾ ਇਹ ਮੈਚ ਹੋਇਆ ਸੀ? ਬਿਲਕੁਲ ਹੋ ਗਈ ਸਰ। 9ਵੇਂ ਜੋੜ 'ਤੇ ਲੱਗਾ ਸੀ ਜੀ ਇਹ? 14ਵੇਂ ਜੋੜ 'ਤੇ ਲੱਗਾ। 14ਵੇਂ ਜੋੜ 'ਤੇ ਝੱਲੂ ਲੜਿਆ, ਅਤੇ ਕਿੰਨੀ ਦੇਰ ਗੇਮ ਹੋਈ? 26 ਮਿੰਟ। ਬੇਲੀਓ ਸੱਜਣੋ, ਕਿਆ ਬਾਤ ਹੈ, 26 ਮਿੰਟ ਮੂੰਹ ਨਾ ਕਹਿਣ ਹੈ ਜੀ। ਗੁਲਾਮ ਮੁਰਤਜ਼ਾ ਮੁਗੱਸੀ ਸਾਹਿਬ ਦਾ ਕੁੱਤਾ ਸੀ ਅੱਗਿਓਂ ਜੀ? ਇਸ ਤਰ੍ਹਾਂ ਬਹੁਤ ਵਧੀਆ, ਬਹੁਤ ਵਧੀਆ। ਇਹ ਜੋੜ ਬਰਾਬਰ ਫੜਿਆ ਗਿਆ ਜੀ? ਨਹੀਂ, ਇਹ ਜਿੱਤਿਆ ਸੀ ਝੱਲੂ ਉੱਥੇ 26 ਮਿੰਟਾਂ ਬਾਅਦ ਜਿੱਤ ਗਿਆ ਜੀ। ਉੱਥੇ ਇਹ ਬਣਿਆ ਸੀ ਮਸਲਾ ਕਿ 1 ਜੋੜ ਤੋਂ ਸਰਦਾਰ ਸਾਹਿਬ ਹਾਰ ਰਹੇ ਸਨ। ਅੱਛਾ ਜੀ। ਸਰਦਾਰ ਇਮਰਾਨ ਜੀ ਜੀ, ਅਤੇ ਅਗਰ ਇਹ ਸਾਡਾ ਜੋੜ ਹਾਰ ਜਾਂਦਾ ਹਾਂ ਤਾਂ ਮੈਚ ਬਰਾਬਰ ਹੁੰਦਾ ਸੀ। ਵਾਹ 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 ਵਾਹ। ਉਹ ਅਸੀਂ ਉਹਨਾਂ ਨੂੰ ਮਤਲਬ ਮੂਨ ਨੇ ਇੱਕ ਰਵਾ ਆਖਿਆ ਕਿ ਤੁਸੀਂ ਕੁੱਤਾ ਬਰਾਬਰ ਕਰ ਲਓ ਜੀ ਜੀ, ਅਗਰ ਬਰਾਬਰ ਕਰਦੇ ਤਾਂ ਵੀ ਅਸੀਂ ਮੈਚ ਜਿੱਤ ਰਹੇ ਸਨ। ਠੀਕ। ਉਹਨਾਂ ਨੂੰ ਇਹ ਸੀ ਕਿ ਉਹ ਚਾਂਸ ਲੈ ਰਹੇ ਸਨ ਕਿ ਸਾਡਾ ਕੁੱਤਾ ਮਤਲਬ ਹਾਰ ਜਾਏਗਾ, ਉਹਨਾਂ ਦਾ ਸਰਦਾਰ ਇਮਰਾਨ ਦਾ ਜਿੱਤ ਜਾਏਗਾ, ਅਗਰ ਮੈਚ ਬਰਾਬਰ ਹੋ ਜਾਏ। ਮੈਚ ਬਰਾਬਰ ਹੋ ਜਾਏਗਾ, ਇਸ ਵਾਸਤੇ ਕੁੱਤੇ ਫਿਰ ਬਰਾਬਰ ਨਾ ਹੋਏ 20-22 ਮਿੰਟਾਂ ਦੀ ਆ ਕੇ, ਹੋਰ ਕੁੱਤੇ ਲੜਦੇ ਰਹੇ 26 ਮਿੰਟਾਂ ਦਾ, ਫਿਰ ਅੱਲਾ ਪਾਕ ਨੇ ਸਾਨੂੰ ਫਤਿਹ ਦੇ ਦਿੱਤੀ। ਸਰਦਾਰ ਇਮਰਾਨ ਭਾਈ ਨੇ ਤਖਤ ਜਾਂ ਤਖਤਾ ਕਰਤਾ? ਹਾਂ, ਉਸ ਜੋੜ ਦੇ ਉੱਤੇ ਹੀ ਜਿਹੜੀ ਵੀਡੀਓ ਵੀ ਵਾਇਰਲ ਹੋਈ ਜਿਹਦੇ ਮੂਨ ਸਰਦਾਰ ਦੇ ਅੱਗੇ ਨੱਚਦਾ ਹੈ। ਉਹਨਾਂ ਨੇ ਗੱਲ ਨਾ ਮੰਨੀ ਬਰਾਬਰੀ ਦੀ ਜੀ ਜੀ, ਤੇ ਫਿਰ ਬੇਲੀ ਸ਼ੁਗਲ ਤਮਾਸ਼ੇ ਜੀ, ਇਸ ਤਰ੍ਹਾਂ ਹੀ ਕਰੋ, ਇਹੀ ਚੀਜ਼ਾਂ ਹੀ ਬਚਦੀਆਂ ਜੀ। ਜੀ ਜੀ।
ਚੱਟਾ ਸਾਹਿਬ ਪਾਕਿਸਤਾਨ ਦੀ ਤਾਰੀਖ ਦੇ ਦੋ ਮੈਚ ਫਿਕਸ ਹੋ ਗਏ। ਖਾਨ ਅਬਦੁਲ ਕਯੂਮ ਖਾਨ ਸਾਹਿਬ ਦਾ ਮੁਕਾਬਲਾ ਚੌਧਰੀ ਅੱਲਾ ਦਿੱਤਾ ਨੰਬਰ ਦਾ ਜੀ ਜੀ ਬਿਲਕੁਲ। ਤੁਹਾਡਾ ਜਾਨਵਰ ਵੀ ਦੂਸਰੇ ਮੈਚ 'ਚ ਜਿਹੜਾ 16 ਫਰਵਰੀ ਨੂੰ ਹੋਏਗਾ ਜੀ, ਉਹਦੇ ਵਿੱਚ 12ਵੇਂ ਨੰਬਰ 'ਤੇ ਉਸ ਮੈਚ 'ਚ 12ਵੇਂ ਨੰਬਰ 'ਤੇ ਚੱਲੂ ਥੱਲੇ ਆਏ ਚੌਧਰੀ ਮੂੰਡਪ ਸਾਹਿਬ ਨੇ ਬਕਾਇਦਾ ਨਾਂ ਲੈ ਕੇ ਕਿਹਾ ਕਿ ਚੌਧਰੀ ਜ਼ੁਲਫਕਾਰ ਚੱਠਾ ਸਾਹਿਬ ਵਾਲਾ ਕੁੱਤਾ ਥੱਲੇ ਆ ਜੀ ਜੀ। ਇਸ ਤਰ੍ਹਾਂ ਉਹਦੇ ਉੱਤੇ ਬਾਬੂ ਅਮਜਦ ਸਾਹਿਬ ਵੀ ਸਨ, ਹੋਰ ਵੀ ਦੋਸਤ ਸਨ, ਬਾਕੀ ਕਸ਼ਮੀਰੀ ਵੀ ਸਨ ਜੀ ਜੀ। ਉਹਨਾਂ ਸਾਰਿਆਂ ਦੇ ਵਿੱਚ ਬੈਠੇ ਹਾਂ। ਬਾਊ ਸਾਹਿਬ ਨੇ ਗੱਲ ਕੀਤੀ ਕਿ ਜੀ ਉੱਥੇ ਆ ਗਿਆ ਕਾਮਰਾਨ ਵਾਲਾ, ਮਲਕ ਕਾਮਰਾਨ ਅਵਾਨ ਵਾਲਾ, ਨਾਲ ਉਹਨਾਂ ਲਫ਼ਜ਼ ਬੋਲਿਆ ਸ਼ਰਾਬੀ। ਕਿਆ ਬਾਤ! ਅਸੀਂ ਤਾਂ ਇਹ ਸਮਝਦੇ ਸਾਂ ਕਿ ਸਾਡਾ ਫਿਕਸ ਹੋ ਗਿਆ। ਵਾਹ! ਲੇਕਿਨ ਹੁਣ ਚੰਦ ਦਿਨ ਪਹਿਲਾਂ ਉਹ ਪੋਸਟਿੰਗ ਵੇਖੀ ਉਹਨਾਂ ਨੇ ਕਿਸੇ ਹੋਰ ਜਗ੍ਹਾ 'ਤੇ ਵੀ ਨਾ, 2 ਮਹੀਨੇ ਪਹਿਲਾਂ ਫਿਕਸ ਕਰ ਲਿਆ। 15 ਦਸੰਬਰ ਨੂੰ ਦੋ ਬੜੇ ਖੂਬਸੂਰਤ ਹਰੀਫ, ਬਾਬੂ ਅਮਜਦ ਭੱਟ ਸਾਹਿਬ ਔਰ ਸ਼ਾਨੀ ਮੀਰਵਾਲ, ਬਿਲਕੁਲ ਉਹ ਸ਼ਰਾਬੀ ਲਾਹੌਰ ਗਰੁੱਪ ਦੀ ਤਰਫੋਂ ਬਾ ਮੁਕਾਬਲਾ ਮਿਰਜ਼ਾ ਨਦੀਮ ਆਫ ਜੇਲਮ ਜੀ ਜੀ, ਉਹਨਾਂ ਦੇ ਗਲੂਆਂ ਵਾਲੇ ਕੁੱਤੇ ਛੀਣੇ ਨਾਲ ਗਾਂਢੀ ਹੋ ਗਿਆ ਸਰ। ਅਗਰ ਉੱਥੇ ਇਹ ਤਾਂ ਅੱਲਾ ਨੂੰ ਪਤਾ, ਅਜੇ ਅੱਲਾ ਨੂੰ ਪਤਾ, ਲੇਕਿਨ ਅਸੀਂ ਤੁਹਾਡੇ ਮੀਡੀਆ ਦੇ ਥਰੂ ਅਸੀਂ ਇਹ ਮਤਲਬ ਦੁਆ ਕਰਨੇ ਆ ਜਨਾਬ ਕਿ ਅੱਲਾ ਪਾਕ ਮਲਕ ਕਾਮਰਾਨ ਅਮਨ ਸਾਡੇ ਭਾਈ ਨੇ ਜੀ ਜੀ, ਕੋਈ ਐਸੀ ਗੱਲ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਮੁਕਾਬਲਾ ਨਹੀਂ, ਉਸ ਤਰ੍ਹਾਂ ਮੁਹੱਬਤ ਸ਼ੌਕ ਏ ਸ਼ਿਕਾਰ ਹੈ ਜੀ ਜੀ। ਉਹਦੇ 'ਤੇ ਉਹਨਾਂ ਦਾ ਜਿੱਤੇ ਸ਼ਰਾਬੀ ਦੁਸ਼ਮਣੀ ਨਹੀਂ, ਮਲਕ ਨਦੀਮ ਸਾਹਿਬ ਨਾਲ ਵੀ ਸਾਡੀ, ਰਾਜਾ ਨਦੀਮ ਸਾਹਿਬ ਨਾਲ ਵੀ ਕੋਈ ਮੁਹਾਲਮਤ ਨਹੀਂ ਕਿ ਅਸੀਂ ਉਹਨਾਂ ਦਾ ਰਹਿਣਾ ਚਾਹੁੰਦੇ ਹਾਂ। ਅਸੀਂ ਬਸ ਆਪਣੇ ਦਿਲ ਦਾ ਸ਼ੌਕ ਹੀ ਪੂਰਾ ਕਰਨਾ ਚਾਹੁੰਦੇ ਹਾਂ ਕਿ ਸਾਡੇ ਨਾਲ ਉਹਨਾਂ ਚੁੱਕ ਕੇ ਗੱਲ ਕੀਤੀ ਸੀ, ਉਹਨਾਂ ਦਾ ਅਗਰ ਵਿਨ ਕਰਦਾ ਹੈ ਤਾਂ ਫਿਰ ਹੀ ਅੱਗੇ ਗੱਲ ਚੱਲਦੀ। ਸਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਿਰਜ਼ਾ ਨਦੀਮ ਆਫ ਜੇਲਮ, ਹਾਂ, ਜਿਨ੍ਹਾਂ ਦਾ ਗਲੂਆਂ ਵਾਲਾ ਅਸੀਂ ਅਨੇਕ ਬਰਾਬਰ ਹੋ ਜਾਣ, ਚਲੋ ਇੰਝ ਕਰੋ, ਉਹ ਵੀ ਸਾਡਾ ਭਰਾ ਹੈ, ਉਹ ਵੀ ਸਾਡਾ ਭਰਾ ਹੈ, ਮਲਕ ਕਾਮਰਾਨ ਅਵਾਨ ਵੀ ਭਰਾ ਹੈ, ਚੌਧਰੀ ਵਿਕਾਸ ਬਾਜਵਾ ਸ਼ਰਾਬੀ ਕੁੱਤੇ ਦੇ ਮਾਲਕ ਰਈਸ ਆਜ਼ਮ ਸਰਗੋਧਾ ਜੀ ਬਿਲਕੁਲ, ਜਿਨ੍ਹਾਂ ਨਾਲ 16 ਫਰਵਰੀ ਨੂੰ ਤੁਹਾਡਾ ਕੁੱਤਾ ਗਾਂਢੀ ਹੈ ਜੀ ਜੀ। ਤੁਸੀਂ ਕਹਿੰਦੇ ਜੀ ਉਹ ਜੋੜ ਬਰਾਬਰ ਹੋ ਜਾਏ ਜਾਂ ਸ਼ਰਾਬੀ ਜਿੱਤ ਜਾਏ, ਜਾਂ ਜਿੱਤ ਜਾਏ ਜਾਂ ਬਰਾਬਰੀ ਬਰਾਬਰ ਹੋ ਜਾਏ, ਤਾਂ ਕਿ ਅਸੀਂ ਵੀ ਮਤਲਬ ਅੱਗੋਂ ਮਤਲਬ ਆਪਣੇ ਦਿਲ ਦਾ ਸ਼ੌਕ ਪੂਰਾ ਕਰ ਸਕੀਏ। ਸਾਡੇ ਦਿਲ ਦੀ ਖਾਹਿਸ਼ ਹੈ ਕਿ ਸ਼ਰਾਬੀ ਸਾਡੇ ਕੁੱਤੇ ਨਾਲ ਇੱਕ ਵਾਰ ਲੜੇ, ਜਿਹਨੂੰ ਰੱਬ ਫਤਾ ਦੇ ਉਸ ਗੱਲ ਦਾ ਕਿ ਖੇਲ ਹੈ, ਖੇਲ ਹਾਰ ਜਿੱਤ ਹੁੰਦੀ, ਉਹ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਮੁਕਾ, ਲੇਕਿਨ ਵੈਸੇ ਕਿਉਂਕਿ ਗੱਲ ਉਹਨਾਂ ਕੀਤੀ ਸੀ ਕਿ ਸਾਡਾ ਸ਼ਰਾਬੀ ਲੱਗਾ, ਜਿਹਦੀ ਵਜ੍ਹਾ ਤੋਂ ਉਹਨਾਂ ਨੇਮ ਕਾਲ ਨਾ ਕਰਦੇ ਅਤੇ ਅਸੀਂ ਮਤਲਬ ਇਸ ਗੱਲ ਦਾ ਨਾ ਇਸ਼ੂ ਬਣਾਉਂਦੇ, ਉਹਨਾਂ ਨੇ ਨਾਂ ਲਿਆ ਸੀ ਕਿ ਸ਼ਰਾਬੀ, ਅਗਰ ਨਾ ਲਿਆ ਹੁੰਦਾ ਫਿਰ ਕੋਈ ਇਸ਼ੂ ਨਹੀਂ ਸੀ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸ਼ਰਾਬੀ ਤੁਹਾਡਾ 16 ਫਰਵਰੀ ਨੂੰ ਪਾਬੰਦ ਹੈ? ਪਾਬੰਦ ਹੈ। ਕਿਆ ਬਾਤ ਹੈ! ਅਗਰ ਉਹ ਜਿੱਤਦਾ ਹੈ ਜਾਂ ਬਰਾਬਰ ਹੁੰਦਾ ਹੈ ਤਾਂ ਅਸੀਂ ਫੌਰੀ ਤੌਰ 'ਤੇ ਇਨਸ਼ਾਅੱਲਾ ਬਾ ਫਜ਼ਲ ਖੁਦਾ ਅਗਲੇ ਹੀ ਲਮੇ ਉਹਨਾਂ ਨੂੰ ਚੈਲੇਂਜ ਭੇਜਾਂਗੇ ਕਿ ਹੁਣ ਕਿਸੇ ਨਾਲ ਫਿਕਸ ਨਾ ਕਰੋ। ਅਗਰ ਮੇਰੀ ਆਵਾਜ਼ ਉਹਨਾਂ ਤੱਕ ਜਾਏ ਤਾਂ ਮੇਰੀ ਰਿਕੁਐਸਟ ਹੈ, ਅਗਰ ਉਹਨਾਂ ਦਾ ਜਿੱਤ ਜਾਂਦਾ ਜਾਂ ਬਰਾਬਰ ਹੋ ਜਾਂਦਾ ਤਾਂ ਫਿਰ ਉਹ ਸਾਨੂੰ ਆਨਰ ਕਰਨ, ਸਾਡੇ ਨਾਲ ਸ਼ੌਕ ਕਰਨ, ਅਸੀਂ ਖਾਸ ਮੰਨਦੇ। ਕਿਆ ਬਾਤ ਹੈ, ਕਿਆ ਬਾਤ ਹੈ! ਤੁਹਾਡੀਆਂ ਬਹਾਦਰੀਆਂ ਬੇਲੀਓ, ਸੱਜਣੋ, ਸ਼ਿਕਾਰੀ ਭਾਈਓ, ਇਹੀ ਚੀਜ਼ ਬਚਦੀ ਹੈ, ਇਸੇ ਚੀਜ਼ ਦਾ ਹੀ ਨਾਂ ਸ਼ੌਕ ਸ਼ਿਕਾਰ ਹੈ ਕਿ ਪਾਕਿਸਤਾਨ 'ਚ ਟੋਪ ਕਲਾਸ ਸ਼ੌਕ ਸ਼ਿਕਾਰ ਬ੍ਰੈਂਡ। ਮੈਂ ਪਹਿਲੇ ਵੀ ਕਹਿੰਦਾ ਉਹਨਾਂ ਬੇਲੀਓ ਨਾਂ ਵਾਲਾ ਜਾਨਵਰ ਹੋਣਾ ਚਾਹੀਦਾ, ਪਤਾ ਲੱਗੇ ਕਿ ਫਲਾਂ ਬੇਲੀ ਦਾ ਫਲਾਂ ਬੇਲੀ ਵਾਲੇ ਜਾਨਵਰ ਨਾਲ ਕੁੱਤਾ ਲੜਿਆ ਸੀ ਅਤੇ ਇਹ ਰਿਜ਼ਲਟ ਆਇਆ ਸੀ। ਸਰ ਝੱਲੂ ਦੀ ਬਲੱਡ ਲੈਨ, ਇਹ ਬਾਪ ਸਾਈਡ, ਬਾਪ ਇਹਦਾ, ਇਹ ਤੰਬਾਕੂ ਮੇਰਾ ਆਪਣਾ ਹੀ ਕੁੱਤਾ ਸੀ, ਤੰਬਾਕੂ ਦਾ ਇਹ ਬੱਚਾ ਝੱਲੂ, ਇਹ ਤੰਬਾਕੂ ਦਾ ਬੱਚਾ, ਤੰਬਾਕੂ ਅੱਗੇ ਬੱਚਾ ਸੀ, ਇੱਕ ਮਲੰਗਾ ਮਲੰਗਾ ਸਾਡੇ ਇਲਾਕੇ 'ਚ ਕੈਸਰ ਪਿੰਡਰ ਨੇ ਖਰੀਦ ਕੇ ਲਿਆਂਦਾ ਸੀ ਇੱਥੇ ਗੱਖੜ,
ਕੈਸਰ ਪਿੰਡਰ ਸਾਹਿਬ ਨੇ ਕੁੱਤਾ ਖਰੀਦ ਕੇ ਲਿਆਂਦਾ ਸੀ ਜੀ, ਜਿਹੜਾ 84 ਪੱਠੇ ਮੇਰੇ ਰਜ਼ਾ ਰਫੀਕ ਵਾਲੇ ਨੂੰ ਮਾਰਿਆ ਸੀ ਉਸ। ਅੱਛਾ ਜੀ, ਜਿਹੜਾ ਪਿੰਡਰ ਸਾਹਿਬ ਨੇ ਲਿਆਂਦਾ ਸੀ ਉਹਦਾ ਬੱਚਾ ਸੀ ਤੰਬਾਕੂ? ਹਾਂਜੀ, ਉਹਦਾ ਬੱਚਾ ਉਹਦਾ ਪਿੰਡਰ ਵਾਲਾ ਸੀ, ਬਾਅਦ ਵਿੱਚ ਇੰਡੀਆ ਚਲਾ ਗਿਆ ਸੀ ਮਲੰਗੇ ਦੇ ਨਾਂ ਤੋਂ, ਉੱਥੇ ਫਿਰ ਉਹਦੀ ਬਰੀਡ ਵੀ ਕਾਫੀ ਲੰਮੀ ਚੌੜੀ। ਅੱਛਾ, ਪਿੰਡਰ ਵਾਲੇ ਦਾ ਨਾਮ ਮਲੰਗਾ ਸੀ ਜੀ, ਇੰਪੋਰਟ ਹੋ ਗਿਆ ਸੀ, ਐਕਸਪੋਰਟ ਹੋ ਗਿਆ ਸੀ। ਅੱਛਾ, ਤੇ ਉੱਥੇ ਉਹ ਇੰਡੀਆ ਮਲੰਗਾ ਦੇ ਨਾਂ ਤੋਂ ਹੀ ਉਹਦੀ ਬਰੀਡ ਵੀ ਮੌਜੂਦ ਹੈ ਹੁਣ ਵੀ, ਕੁਲਦੀਪ ਸਿੰਘ ਉਰਾ ਪਰਾਉਂ। ਸਰ, ਮਲੰਗੇ ਦਾ ਤੰਬਾਕੂ ਤੇ ਤੰਬਾਕੂ ਦਾ ਝੱਲੂ ਜੀ, ਸਰ ਇਹਦੀ ਮਾਂ ਉਹ ਜਿਹੜੀ ਸਜਣਾ ਉਹ ਮੈਂ ਕਿਸੇ ਦੋਸਤ ਤੋਂ ਲਿਆਂਦੀ ਸੀ, ਉਹ ਸਾਜੇ ਇਹਨਾਂ 'ਚੋਂ ਇਹ ਮਕਨਾਤੀਸ ਮਸ਼ਹੂਰ ਹੋਇਆ ਜਿਹੜਾ ਨਾ ਲੜਿਆ ਇੱਥੇ ਖਾਨਗਾ ਡੋਗਰਾ ਆਖਰੀ ਜੋੜ 'ਤੇ 13ਵੇਂ ਜੋੜ 'ਤੇ ਖਾਨ ਸਾਹਿਬ ਵੱਲੋਂ ਲੜਿਆ ਸੀ ਅਤੇ ਉਹ ਜੋੜ ਲੰਮਾ ਜਿਹਾ ਹੋ ਕੇ ਅਤੇ ਹਾਰ ਗਿਆ ਸੀ ਮਕਨਾਤੀਸ ਕੁੱਤਾ ਆਖਰੀ ਜੋੜ, ਉੱਥੇ ਕਾਲਾ ਡੱਬਾ ਲੱਗਾਇਆ ਸੀ, ਕਾਲਾ ਡੱਬਾ ਵਿਨਰ ਹੋਇਆ ਖਾਨਗਾ ਡੋਗਰਾ। ਖਾਨ ਸਾਹਿਬ ਦਾ ਤਾਂ ਸਰਦਾਰ ਇਮਰਾਨ ਦਾ ਮੈਚ, ਸਰਦਾਰ ਇਮਰਾਨ ਦਾ ਮੈਚ, 6-6 ਪੁਆਇੰਟ ਸੀ 13ਵੇਂ ਜੋੜ 'ਤੇ ਆ ਕੇ ਗੱਲ ਰੁਕ ਗਈ, ਗੱਲ ਰੁਕ ਗਈ ਉਹਦੇ 'ਤੇ ਆ ਕੇ ਜਿਹੜਾ ਸੀ ਉਹ ਮਕਨਾਤੀਸ ਹਾਰ ਗਿਆ ਸੀ, ਮਕਨਾਤੀਸ ਖਾਨ ਸਾਹਿਬ ਦੀ ਤਰਫ ਲੱਗਾ ਸੀ ਅਤੇ ਉਹਦੀ ਉਹ ਧੀ ਸੀ ਮਕਨਾਤੀਸ ਇਹ ਜਿਹੜੀ ਉਹ ਲੜੇ, ਸਾਨੂੰ ਪੁੱਛਿਆ 20 ਮਿੰਟ ਹੋ ਗਈ। ਵਾਹ ਵਾਹ, ਬੰਦੇ ਵੀ ਉੱਤੇ ਆ ਗਏ ਸੀ, ਬਿਲਕੁਲ ਬਿਲਕੁਲ, ਇਹ ਮਕਨਾਤੀਸ ਦੀ ਧੀ ਦਾ ਬੱਚਾ, ਧੀ ਦਾ ਬੱਚਾ। ਉਸ ਤੋਂ ਪਿੱਛੇ ਜਿਹੜਾ ਤੰਬਾਕੂ ਸੀ ਉਹਦੀ ਜਿਹੜੀ ਮਾਂ ਸੀ ਨਾ ਉਹ ਅਲ ਮਰੂਫ ਜਿਹੜਾ ਉਹਨੇ ਅਸਲਮ ਢਿੱਲੂ ਵਾਲਾ ਸ਼ੀਣਾ ਜਿਹੜਾ ਰਜ਼ਾ ਤੁਹਾਡੇ ਉਹ ਆਪਣੇ ਮਲੰਗਾ ਨਹੀਂ ਜਿਹੜਾ ਰਿਆਜ਼ ਹਰਾਜ ਵਾਲਾ, ਮਾਂ ਰਿਆਜ਼ ਹਰਾਜ ਵਾਲਾ ਮਲੰਗਾ ਲੜ ਕੇ ਅਤੇ ਹੱਥ ਚੁੱਕਿਆ ਸੀ ਬਾਬੇ ਨੇ ਰਿਆਜ਼ ਢਿੱਲੂ, ਅਸਲਮ ਢਿੱਲੂ ਨੇ, ਹਾਂ ਉਸ ਦੀ ਧੀ ਦਾ ਗੌਸਮ ਮਿਲੋ ਤੰਬਾਕੂ ਸੀ, ਤੰਬਾਕੂ ਉਹ ਢਿੱਲੂ ਵਾਲੇ ਕੁੱਤੇ ਦੀ ਧੀ ਦਾ ਬੱਚਾ ਸੀ, ਠੀਕ ਹੋ ਗਿਆ। ਤੇ ਤੰਬਾਕੂ ਦਾ ਇਹ ਚੱਲੂ ਜੀ, ਇਸ ਤਰ੍ਹਾਂ ਤੇ ਮਕਨਾਤੀਸ ਦੀ ਧੀ ਦਾ ਇਹ ਚੱਲੂ ਜੀ ਜੀ, ਇਸ ਤਰ੍ਹਾਂ ਇਹ ਕਿੰਨੇ ਭੈਣਾਂ ਭਰਾ ਸੀ? ਇਹ ਦੀ ਦੋ ਹੀ ਭੈਣ ਭਰਾ ਸਨ, ਜਦੋਂ ਕੁੱਤੀ ਸੀ ਦੋ ਹੀ ਦਿੱਤੇ, ਜੋੜੇ ਰੌਲਾ ਹੀ ਨਹੀਂ ਬਣਿਆ, ਰੌਲਾ ਹੀ ਨਹੀਂ ਬਣਿਆ, ਨਾ ਕਿਸੇ ਨੂੰ ਦੇਣਾ ਪਿਆ ਨਾ ਲੈਣਾ ਪਿਆ। ਉਹ ਕੁੱਤੀ ਵਾਲਿਆਂ ਨੂੰ ਫਿਰ ਅਸਾਂ ਕੁੱਤੀ ਦੇ ਦਿੱਤੀ, ਕਤੂਰੀ। ਅੱਛਾ, ਕਤੂਰੀ ਦੇ, ਤੇ ਕਤੂਰਾ ਆਪ ਰੱਖ ਲਿਆ। ਸਰ, ਇਹਦੇ ਤੋਂ ਵੀ ਕੋਈ ਬਰੀਡ ਕਰਾਇਆ ਜਾਂ ਅੱਗੇ ਕੰਮ ਚਲਾਇਆ? ਇਹ ਅਨਲੱਕੀਲੀ ਇੱਕੋ ਕੁੱਤੀ ਦੀ ਕ੍ਰਾਸ ਹੋਇਆ, ਉੱਥੇ ਸੋਇਆ ਨਾ ਪਰਤ ਕੇ ਕ੍ਰਾਸ ਪਿਆਉਂਦਾ ਤੇ ਨਾ ਸੁਣਦਾ ਪਿਆ। ਤੇ ਜਿਹੜੀ ਕ੍ਰਾਸ ਕਰਾਈ ਉਹਨੇ ਬੱਚੇ ਦੇ ਵਿੱਚੋਂ ਸਾਡੇ ਕੋਲ ਦੋ ਮੌਜੂਦ ਨੇ। ਅੱਛਾ, ਇੱਕ ਨਰ ਮੌਜੂਦ ਹੈ, ਇੱਕ ਮਾਦਾ ਮੌਜੂਦ। ਮਿਲਿਓ ਸੱਜਣੋ, ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ TV ਔਰ ਸਾਬਰ ਸ਼ਾਹ TV। ਮੈਂ ਆਪਣੇ ਯੂਟਿਊਬ ਚੈਨਲ 'ਤੇ ਬੇਲੀਆਂ ਦੇ ਤਾਰਫ ਪੇਸ਼ ਕਰਦਾ। ਅੱਜ ਮੇਰੇ ਨਾਲ ਚੌਧਰੀ ਜ਼ੁਲਫਕਾਰ ਚੱਠਾ ਸਾਹਿਬ, ਰਈਸੇ ਆਜ਼ਮ ਪਿੰਡੋਰੀ ਅਲੀਪੁਰ ਚੱਠਾ ਜ਼ਿਲ੍ਹਾ ਗੁਜਰਾਂਵਾਲਾ। ਬੇਲੀਓ, ਇਹਨਾਂ ਦਾ ਇੱਕ ਬ੍ਰੈਂਡ ਜਾਨਵਰ, ਉਹਦਾ ਨਾਂ ਸੀ ਗੱਟੂ, ਛੋਟਾ ਸੀ, 30 ਇੰਚ ਤੋਂ ਵੀ ਛੋਟਾ ਸੀ, 29 ਇੰਚ। ਉਹਨੇ ਬੜੇ ਬੜੇ ਜਾਨਵਰ ਮਾਰੇ, ਉਹਨੇ ਬੜੇ ਬੜੇ ਮੁਕਾਬਲੇ ਜਿੱਤੇ ਗੱਟੂ ਨੇ। ਸਰ, ਗੱਟੂ ਕਿੰਨੇ ਮੈਚ ਲੜਿਆ ਜੀ? 7 ਮੈਚ ਲੜਿਆ ਸੀ, 7। ਜਨਾਬ ਅਲੀ ਜ਼ੁਲਫਕਾਰ ਚੱਠਾ ਸਾਹਿਬ, ਪਿਆਰੇ ਭਾਈ ਜਾਨ, ਤੁਹਾਡਾ ਤਲਕ PK ਇਨਸਾਫ ਗਰੁੱਪ ਨਾਲ ਜੀ, ਮੂਨਡਾਪ ਸਾਹਿਬ ਖਾਨ, ਅਬਦੁਲ ਕਯੂਮ ਖਾਨ ਸਾਹਿਬ, ਤੁਹਾਡੇ ਬਹੁਤ ਮੋਹਤਰਮ ਜੀ, ਤੁਹਾਡੀ ਕਿਆਦਤ, ਕਿਆ ਬਾਤ ਹੈ, ਕਿਆ ਬਾਤ। ਸਰ, ਗੱਟੂ 7 ਮੈਚ ਲੜਿਆ ਜੀ, ਬੜਾ ਟਾਈਮ ਛੋਟਾ ਹੋ ਕੇ ਆਖਰ 'ਤੇ ਜਾ ਕੇ ਜਦੋਂ ਚੂੜੀ 'ਤੇ ਆਉਂਦਾ ਸੀ, ਸੰਘ 'ਤੇ ਆਉਂਦਾ ਸੀ, ਗਲਾ ਬੰਦ ਕਰ ਦਿੰਦਾ ਸੀ ਔਰ ਵਿਨ ਕਰ ਜਾਂਦਾ ਸੀ ਜੀ। ਸਰ, ਉਹਦੇ ਕੋਲ 2 ਕੁ ਮੈਨੂੰ ਮਸ਼ਹੂਰ ਮੈਚ ਜਿੱਥੇ ਉਹਨੇ ਪਾਕਿਸਤਾਨ ਦੇ ਟੌਪ ਕਲਾਸ ਜਾਨਵਰਾਂ ਨੂੰ ਸ਼ਿਕਸਤ ਦਿੱਤੀ ਹੋਵੇ ਗੱਟੂ ਨੇ। ਓਵਰਆਲ ਤਾਂ
ਉਹਨੇ ਸਾਰੇ ਮੈਚ ਹੀ ਲੰਬੇ ਲੜੇ ਨੇ। ਕਿਆ ਬਾਤ, ਕੋਈ ਵੀ ਛੋਟਾ ਦਾ ਮੈਚ ਨਹੀਂ ਜੀ ਜੀ, 5 ਮਿੰਟ ਦੇ ਕਰੀਬ ਕਰੀਬ ਜਾਂ ਉੱਤੇ ਜਾ ਕੇ ਵਿਨ ਕੀਤਾ ਉਸ। ਵਾਹ ਵਾਹ ਵਾਹ, ਪਹਿਲਾ ਮੈਚ ਉਹ ਚੰਗ ਲੜਿਆ, ਉੱਥੇ 33 ਮਿੰਟ ਲੜ ਗਿਆ, ਲੜ ਕੇ ਜਿੱਤ ਗਿਆ ਪਾਕ ਇਤਫਾਕ ਗਰੁੱਪ ਦਾ, ਪਾਕ ਇਤਫਾਕ ਗਰੁੱਪ ਦਾ ਤੇ ਨਵਾਬ ਨਵਾਬ ਅਮਾਨੁੱਲਾ ਸਾਹਿਬ ਦਾ ਮੈਚ ਸੀ। ਬੱਲੇ ਬੱਲੇ ਬੱਲੇ, ਰਾਜੇ ਜ਼ੁਲਫਕਾਰ ਵਾਲੇ ਨੂੰ ਮਾਰਿਆ ਸਰ, ਅੱਜ ਵੀ ਯਾਦ ਹੈ ਜੀ। ਆਹਾ, ਉੱਥੇ 33 ਮਿੰਟ ਤੇ ਜਿੱਤਿਆ ਸੀ, 33 ਮਿੰਟ ਚੰਗ ਲੜਿਆ ਜੀ। ਪਹਿਲਾ ਮੈਚ ਇੱਥੇ ਆਪਣੇ ਡੇਰੇ ਦੀ ਅਸੀਂ ਕਰਾਇਆ ਸੀ, ਇੱਥੇ ਅਸੀਂ ਕੁੱਤਾ ਜਾਨੋ ਮਾਰਤਾ ਸੀ ਬਿਲਕੁਲ 7 ਕੁ ਮਿੰਟਾਂ 'ਚ। ਓ ਗੁੱਡ, ਜਾਨ ਹੀ ਮਤਲਬ ਖਤਮ ਹੋ ਗਈ ਉਸ ਜਾਨ। ਤੀਸਰਾ ਮੈਚ ਲੜਿਆ ਕਿਲੇ ਬਖਸ਼ੇ ਜੀ ਮਿਲਣ ਵਾਲੇ ਨਾਲ, ਉਹਦੇ 'ਚ 5 ਮਿੰਟ 'ਤੇ ਜਾ ਕੇ ਤਕਰੀਬਨ ਜਿੱਤ ਹੀ ਗਿਆ ਸੀ, ਲੇਕਿਨ ਉਹ ਕਾਨੂੰਨ ਬਰਾਬਰ ਹੋ ਗਏ, ਲੇਕਿਨ ਓਵਰਆਲ ਸਾਰੀ ਲੜਾਈ ਇਹਨੇ 90% ਦੇ ਹੱਥ 'ਚ ਹੀ ਰਹੀ ਲੜਾਈ, ਮਤਲਬ ਇਸ਼ਤਿਆਕ ਮਿਲਣ ਵਾਲੇ ਨਾਲ, ਮਿਲਣ ਵਾਲੇ ਨਾਲ। ਵਾਹ ਵਾਹ। ਉਸ ਤੋਂ ਪਿੱਛੇ ਮਸ਼ਹੂਰ ਮਰੂਫ ਲੱਕਾਂ ਵਾਲਾ ਕੁੱਤਾ ਸੀ ਜਿਹੜਾ, ਮੈਨੂੰ ਨਾਂ ਹੁਣ ਭੁੱਲਦਾ ਪਿਆ ਇਸ ਟਾਈਮ, ਕੋਟ ਮੋਮਨ ਤੋਂ, ਕੋਟ ਮੋਮਨ ਤੋਂ ਜੀ ਜੀ ਜੀ, 68 ਡੋਗਰਾਂ ਲੜਿਆ ਜੀ ਜੀ, ਉੱਥੇ ਤਕਰੀਬਨ 28 ਮਿੰਟ 'ਤੇ ਜਿੱਤਿਆ। ਵਾਹ ਵਾਹ। ਉਸ ਤੋਂ ਪਿੱਛੇ ਚਕਵਾਲ ਲੜਿਆ, ਉੱਥੇ ਮੈਨੂੰ ਨਾਂ ਕਾਫੀ ਦੇਰ ਦੀ ਮੁਹਾਲਫ ਜਿਹੜਾ ਉਹਦਾ ਨਾਂ ਭੁੱਲਦਾ ਪਿਆ ਜੀ ਜੀ, ਲੇਕਿਨ ਮੈਚ ਜਿਹੜਾ ਸੀ ਉਹ ਮਰਹੂਮ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਦੇਵੇ, ਆਪਣਾ ਸ਼ਾਨੀ ਸਾਹਿਬ ਦੇ ਵਾਲਦ ਸਾਹਿਬ ਜੀ ਚੌਧਰੀ ਅਜ਼ਮਤ ਮੀਰਵਾਲ, ਅਜ਼ਮਤ ਮੀਰਵਾਲ ਦੇ ਖਿਲਾਫ ਲੜਿਆ ਜੀ ਜੀ, ਉੱਥੇ ਵੀ 25-26 ਮਿੰਟ 'ਤੇ ਜਿੱਤਿਆ ਜੀ ਜੀ। ਸਾਰੇ ਹੀ ਜਾਨਵਰ ਬਹੁਤ ਅੱਛੇ ਸਨ ਸਰ, ਗੱਟੂ ਦੀ ਬਲੱਡ ਲਾਈਨ ਜਿਹੜਾ, ਮਤਲਬ ਜਦੋਂ ਲੜਿਆ ਨਾ ਨਥੇ ਡਾਕਟਰ ਖਾਲਦ ਵਾਲੇ ਨਾਲ, ਮੈਨੂੰ ਮਤਲਬ ਸਮਝ ਲਓ ਕਿ ਡਾਕਟਰ ਖਾਲਦ ਚੋਂ ਕਿ ਇੱਕ ਅਜ਼ੀਮ ਸ਼ਿਕਾਰੀ, ਵਾਹ, ਉਹਨੂੰ ਜਦੋਂ ਉਸ ਮਾਰਿਆ ਤਾਂ ਮੇਰਾ ਵੀ ਜਿਹੜਾ ਨਾ ਦਿਲ 'ਚ ਮਤਲਬ ਇਸ ਗੱਲ ਦਾ ਮਾਣ ਹੈ ਸਾਰੀ, ਮਤਲਬ ਕਿ ਸ਼ੁਕਰ ਅਲਹਮਦੁਲਿਲਾ ਇੱਕ ਅੱਛੇ ਸ਼ਿਕਾਰੀ ਨਾਲ ਕਿ ਅੱਜ ਸ਼ੌਕ ਪੂਰਾ ਹੋ ਗਿਆ, ਅੱਜ ਸ਼ੌਕ ਪੂਰਾ ਕਿ ਡਾਕਟਰ ਖਾਲਦ ਸਾਹਿਬ ਵਾਲੇ ਨੂੰ ਮਾਰ ਗਿਆ ਗੱਟੂ, ਮਾਰ ਗਿਆ ਨਥੇ ਬੋਤਲੇ, ਬਿਲਕੁਲ ਇਸ ਤੇ ਉਹ ਤੁਹਾਡਾ ਤਾਰੀਖ ਦਾ ਜ਼ਿੰਦਗੀ ਦਾ ਮੇਰੇ ਵਾਸਤੇ ਮਤਲਬ ਡਾਕਟਰ ਸਾਹਿਬ ਅੱਜ ਵੀ ਕਾਬਲ ਇਹਤਰਾਮ ਨੇ, ਉਸ ਗੱਲ ਦਾ ਨਹੀਂ ਇਸ਼ੂ, ਉਹ ਤਾਂ ਗੱਲ ਨਹੀਂ ਹੋ ਰਹੀ, ਡਾਕਟਰ ਸਾਹਿਬ ਤਾਂ ਸਾਰਿਆਂ ਦੇ ਕਾਬਲ ਇਹਤਰਾਮ ਹੈ ਜੀ। ਸ਼ੌਕ ਸ਼ਿਕਾਰ 'ਚ ਮੁਕਾਬਲਾ ਜੀ, ਚਾਸਾਈ ਜ਼ਿੰਦਗੀ ਦਾ ਸਭ ਤੋਂ ਅੱਛਾ ਫੇਵਰਟ ਮੈਚ ਹੋਈ ਸੀ ਉਹ ਸੀ, ਲੇਕਿਨ ਉਹਦੇ 'ਚ ਇੱਕ ਜੁਮਲਾ ਮੈਂ ਜ਼ਰੂਰ ਕੋਟ ਕਰਾਂਗਾ। ਮੈਚ ਸ਼ੁਰੂ ਹੋ ਗਿਆ, ਮੈਚ ਲੜਨਾ ਸ਼ੁਰੂ ਹੋ ਗਿਆ ਅਤੇ ਆਫਤਾਬ ਸਰਵਾਇਆ ਜ਼ਿੰਦਾ, ਕਿਸੇ ਨੇ ਸਵਾਲ ਕਰ ਸਕਦੇ, ਵਾਪਸ ਹਟ ਕੇ ਆ ਗਏ, ਪਾਕ ਇਤਫਾਕ ਨੂੰ ਲੜਿਆ ਸੀ ਉਦੋਂ ਗੱਟੂ ਜੀ ਜੀ, ਕੁੱਤੇ ਛੱਡ ਕੇ ਵਾਪਸ ਆ ਗਏ ਅਤੇ ਕੁੱਤੇ ਨੇ ਲੜਾਈ ਜਾਰੀ, ਜਿਹਦੇ ਵਿੱਚ ਉਹਨਾਂ ਦਾ ਫਰੰਗੀ ਹਾਵੀ ਸੀ ਸਾਡੇ ਵਾਲਾ, ਮਤਲਬ ਮਾਰ ਖਾ ਰਿਹਾ ਸੀ ਜੀ ਜੀ, ਗੱਟੂ ਮਾਰ ਖਾ ਰਿਹਾ, ਮਾਰ ਖਾ ਰਿਹਾ ਸੀ। ਉਸ ਟਾਈਮ ਆਫਤਾਬ ਆਉਂਦਾ ਕਿ ਅੱਜ ਪਤਾ ਲੱਗਦਾ ਨਾ ਕਿ ਉਸਤਾਦ ਕਿਹੜਾ ਵੱਡਾ ਹੈ, ਡਾਕਟਰ ਖਾਲਦ ਵੱਡਾ ਕਿ ਤੂੰ, ਮੈਂ ਆਖਿਆ ਕਿ ਤੋਬਾ ਅਸਤਗਫਾਰ, ਮੈਂ ਜ਼ਮੀਨ ਨੂੰ ਹੱਥ ਲਾ ਕੇ ਆਖਿਆ, ਮੈਂ ਆਖਿਆ ਵੱਡਾ ਉਸਤਾਦ ਉਹ ਹੀ ਹੈ, ਲੇਕਿਨ ਅੱਜ ਮੇਰੀ ਝੋਲੀ ਵੀ ਉਸ ਮਾਲਕ ਅੱਗੇ ਵੇਖ ਰਾਮ ਮੈਨੂੰ ਦੇ ਦੇ, ਅੱਲਾਹ ਪਾਕ ਨੇ ਫਿਰ ਮੈਨੂੰ ਦਿੱਤੀ। ਕਿਆ ਬਾਤ ਹੈ ਜੀ, ਉਹ ਜ਼ਿੰਦਗੀ ਦਾ ਟੌਪ ਕਲਾਸ ਮੈਚ, ਮਤਲਬ ਮੇਰੇ ਅੰਦਰ ਜ਼ਿਆਦਾ ਉਹਦੀ ਖੁਸ਼ੀ ਹੈ ਕਿ ਮੈਂ। ਸਰ ਗੱਟੂ ਦਾ ਮਾਂ ਪਿਓ ਤੁਹਾਡੇ ਕੋਲ ਕਿੱਥੋਂ ਆਇਆ ਸੀ? ਗੱਟੂ ਦਾ ਪਿਓ ਮੈਂ ਖਰੀਦਿਆ ਸਾ ਜੇ ਦੁਨੀਆਪੁਰ ਤੋਂ, ਪਿਛਲੀ ਉਮਰ 8 ਕੁ ਸਾਲ ਉਹਦੀ ਉਮਰ ਸੀ। ਅੱਛਾ ਜੀ, ਬਸ ਅੱਲਾਹ ਪਾਕ ਨੇ ਨਾ ਇੱਕ ਸ਼ੌਕ ਹੈ ਥੋੜ੍ਹਾ ਬਹੁਤਾ, ਤੁਹਾਡੇ ਦੋਸਤਾਂ ਦੀ ਤਰ੍ਹਾਂ ਤੁਹਾਡਾ ਤਾਮਾ ਨੇ ਹੋਰ ਦੋਸਤਾਂ ਦਾ ਵੀ ਬੜਾ ਮਤਲਬ ਮੁਹੱਬਤ ਜੀ ਜੀ ਜੀ, ਕੋਈ ਸਮਝ ਥੋੜ੍ਹੀ ਬਾਤੀ ਤੋਂ ਮੈਨੂੰ ਜਾਨਵਰ ਬੜਾ ਪਸੰਦ ਆ ਗਿਆ। ਉਹਦੀ ਉਮਰ 8 ਸਾਲ ਸੀ ਉਸ ਟਾਈਮ। ਸਰ 8 ਸਾਲ ਉਹਦੀ ਉਮਰ ਤਾਂ ਸੀਗੀ, ਉਹਦੀ ਹਾਈਟ ਕਿੰਨੀ ਸੀ? ਛੋਟੀ ਹਾਈਟ ਸੀ, ਉਹ ਵੀ 28 ਇੰਚ ਸੀ। ਓ, ਤੁਸੀਂ ਬੱਚਿਆਂ ਲਈ ਲਿਆਂਦਾ ਜਾਂ ਲੜਾਈ ਵਾਸਤੇ? ਬੱਚਿਆਂ ਵਾਸਤੇ, ਉਹ ਉੱਥੇ ਨਾਕਾਮ ਕਿਨਾਂ ਦਾ ਜਾਂਦੇ ਕਿ ਲੜ ਨਹੀਂ ਸਕਦਾ। ਉਹ ਮੈਂ ਦੱਸ ਦੇਣਾ ਵਾਂ ਕਿ ਇਜਾਜ਼ ਕਾਂਜੂ ਵਾਲਾ ਛੀਣਾ ਜੀ 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 ਜੀ, ਉਸ ਬਲੱਡ ਲਾਈਨ ਵਿੱਚੋਂ ਸੀ ਜੀ 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 ਜੀ, ਉਹ ਭਾਈ ਸੀ ਭਰਾ ਜੀ ਜੀ, ਉਹਨੇ ਉਹ ਉਹਨਾਂ ਕੋਲ ਮੈਂ ਲੈ ਲਾ। ਗੁੱਡ, ਲੈ ਕੇ ਆਇਆ ਅਤੇ ਉਹ 8 ਸਾਲ ਉਮਰ ਸੀ ਉਹਦੀ, ਉਸ ਵੇਲੇ 8 ਸਾਲ ਉਮਰ। ਸਰ ਤੁਸੀਂ ਉਹਦਾ ਕੀ ਦੇਖ ਕੇ ਲਿਆ?
ਉਹ ਮੈਂ ਸਮਝਦਾ ਵਾਂ ਕਿ ਜੀ ਮੇਰੀ ਤਾਰੀਖ ਜਿਤਨੀ ਮੈਂ ਸ਼ੌਕ ਕੀਤਾ ਹੈ ਤਕਰੀਬਨ ਮੇਰੇ ਸ਼ੌਕ 5 ਸਾਲ ਦਾ ਦੌਰਾਨੀਆ ਹੋ ਗਿਆ ਜੀ 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 ਮੇਰੀ ਜ਼ਿੰਦਗੀ ਦਾ ਸਭ ਤੋਂ ਮਿਆਰੀ ਜਾਨਵਰ ਹੀ ਉਹ ਸੀ ਗੱਟੂ ਦਾ ਪਿਓ ਗੱਟੂ ਦਾ ਪਿਓ ਗੱਟੂ ਉਸ ਤੋਂ ਕੋਸੋਂ ਦੂਰ ਪਿੱਛੇ ਸੀ ਜਿਹਦਾ ਪੁੱਤਰ ਗੱਟੂ ਇਤਨਾ ਕਾਮਯਾਬ ਹੈ ਉਹਦਾ ਪਿਓ ਸੋਚੋ ਕਿ ਅਗਰ ਜਵਾਨੀ 'ਚ ਹੁੰਦਾ ਤਾਂ ਕਿਤਨਾ ਕਾਮਯਾਬ ਹੁੰਦਾ ਕਿਆ ਬਾਤ ਜਿਹਦਾ ਪਿਓ ਮੈਂ ਪਹਿਲਾਂ ਵਾਂ ਕਿ ਗੱਟੂ ਨਾਲੋਂ ਕੋਸੋਂ ਅੱਗੇ ਸੀ ਸਰ ਉਹ ਦੁਨੀਆ ਭਰ ਤੋਂ ਲਿਆ ਕੇ ਜਾ ਕਿਹੜੀ ਕੁੱਤੀ 'ਤੇ ਕ੍ਰਾਸ ਕਰਾਇਆ ਉਹ ਆਪਣੇ ਕੋਲ ਹੀ ਕੁੱਤੀ ਸੀ ਇੱਥੇ ਉਹ ਸਾਬਕਾ ਕੁੱਤੇ ਨੇ ਉਹ ਮੀਡੀਆ ਤੋਂ ਪਹਿਲਾਂ ਦੀ ਗੱਲ ਹੈ ਜੀ ਜੀ ਉਹਨਾਂ ਦੇ ਵਿੱਚੋਂ ਬਣੀ ਸੀ ਉਹਨਾਂ 'ਤੇ ਕ੍ਰਾਸ ਕਰਾਈ ਤਾਂ ਉਹਦੇ 'ਚ ਅੱਲਾ ਪਾਕ ਨੇ ਗੱਟੂ ਜੰਮਿਆ ਜੀ ਹਾਂ ਸਰ ਗੱਟੂ ਵੀ ਤੁਸੀਂ ਬਹੁਤ ਕ੍ਰਾਸ ਕਰਾਇਆ ਜੀ ਉਹ ਨਹੀਂ ਸੋਇਆ ਗੱਟੂ ਨਹੀਂ ਸੋਇਆ ਉਹ 11 ਕੁੱਤੀਆਂ ਸਾਡੀਆਂ ਫੇਲ ਹੋਈਆਂ ਜੀ ਉਹਦੇ ਤੋਂ ਸੱਜਣੋ ਬੇਲੀਓ ਸ਼ੌਕ ਸ਼ਿਕਾਰ 'ਤੇ ਆਪਾਂ ਕਰਨਾ ਹੀ ਕਰਨਾ ਇਸ ਤੋਂ ਬਗੈਰ ਤਾਂ ਆਪਣਾ ਗੁਜ਼ਾਰਾ ਨਹੀਂ ਹੈ ਦੇਖ ਲਓ ਨਾ ਕਿ ਬੰਦੇ ਦੀ ਦੇਖਣ ਵਾਲੀ ਅੱਖ ਪਰਖ ਸਿਆਣਾ ਬੰਦਾ ਉਹੀ ਉਸਤਾਦ ਹੈ ਕਿ ਜਿਹੜਾ ਬਚੇਲ ਕੁੱਤਾ ਕੋਈ ਐਸਾ ਲੈ ਲਵੇ ਜਿਹਦਾ ਅੱਗੇ ਰਿਜ਼ਲਟ ਬਹੁਤ ਅੱਛਾ ਆਵੇ ਇਹ ਪਰਖ ਪਛਾਣ ਸ਼ਿਕਾਰੀ ਦੀ ਹੋਣੀ ਚਾਹੀਦੀ ਹੈ ਉਸਤਾਦ ਚੌਧਰੀ ਜ਼ੁਲਫਕਾਰ ਚੱਠਾ ਸਾਹਿਬ ਬਹੁਤ ਮੋਹਤਰਮ ਰਈਸ ਆਜ਼ਮ ਪਿੰਡੋਰੀ ਕਲਾਂ ਅਲੀਪੁਰ ਚੱਠਾ ਗੁਜਰਾਂਵਾਲਾ ਅੱਜ ਮੈਂ ਉਹਨਾਂ ਦੇ ਡੇਰੇ 'ਤੇ ਹਾਂ ਸਰ ਖਾਨ ਸਾਹਿਬ ਸ਼ੌਕ ਸ਼ਿਕਾਰ 'ਚ ਵਾਪਸ ਆ ਗਏ ਜੀ ਇਨਸ਼ਾਅੱਲਾ ਉਹਨਾਂ ਤੋਂ ਪਹਿਲਾਂ ਮੈਂ ਉਹਨਾਂ 'ਤੇ ਕਮੈਂਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜਿਹੜਾ ਸ਼ੌਕ ਜਿਹੜਾ ਮੈਨੂੰ ਫਖਰ ਹੈ ਨਾ ਹਾਂਜੀ ਇਹ ਫਖਰ ਨਹੀਂ ਹੈ ਕਿ ਮਤਲਬ ਮੈਂ ਉਹ ਬੜਾ ਫਲਾਣਾ ਮੇਰਾ ਕੁੱਤਾ ਲੜ ਗਿਆ ਮੇਰਾ ਫਲਾਣਾ ਉਹ ਮੈਨੂੰ ਫਖਰ ਹੈ ਫਖਰ ਹੁੰਦਾ ਲੇਕਿਨ ਉਹ ਉਤਨਾ ਫਖਰ ਇੱਕ ਚੀਜ਼ ਦਾ ਮੈਨੂੰ ਫਖਰ ਹੈ ਉਹ ਮੈਂ ਦਾਅਵੇ ਨਾਲ ਗੱਲ ਕਰਨਾ ਜੀ ਜੀ ਉਹ ਫਖਰ ਮੈਨੂੰ ਇਹ ਵੇ ਕਿ ਮੈਂ ਹੱਤਲ ਮਕਾਨ ਕੁੱਤਾ ਉੱਤੋਂ ਨਹੀਂ ਕਦੀ ਲੜਾਇਆ ਹਾਂ ਕੀ ਪੂਰੀ ਲੰਘ ਗਈ ਹੈ ਗੱਟੂ ਦਾ ਵੀ ਪੂਰਾ ਰਿਕਾਰਡ ਮੇਰੇ ਕੋਲ ਮੌਜੂਦ ਹੈ ਥੱਲੇ ਆਇਆ ਵਾਹ ਤੁਸੀਂ ਵੀ ਇੱਕ ਵਾਰ ਗਵਾਓ ਕਿ ਤੁਸੀਂ ਆਖਿਆ ਕਿ ਇਹਨੂੰ ਡੱਬੀ 'ਚ ਪਾਦ ਬੰਦ ਕਰ ਦਿਆ ਤਾਂ ਮੈਂ ਕਿਹਾ ਜੀ ਸ਼ਾਇਦ ਬੜਾ ਤੈਅ ਇੱਕ ਤਾਂ ਕੁੱਤਾ ਥੱਲਿਓਂ ਦਿੱਤਾ ਹਮੇਸ਼ਾ ਜੀ 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 ਦੂਸਰਾ ਫਖਰ ਇਸ ਗੱਲ ਦਾ ਹੈ ਜਿਹੜਾ ਜਿਤਨੇ ਵੀ ਮੇਰੇ ਜਾਨਵਰ ਪ੍ਰੈਮੀਨੈਂਟ ਹੋਣ ਮੇਰੇ ਸਾਰੇ ਘਰ ਦੇ ਨੇ ਮੈਂ ਬਾਹਰੋਂ ਕੁੱਤਾ ਨਹੀਂ ਲਿਆ ਕਿਆ ਬਾਤ ਖਰੀਦੇ ਹੈ ਜੀ ਜੀ ਉਹਨਾਂ 'ਚੋਂ ਅੱਗੋਂ ਬਰੀਡ ਬਣਾ ਕੇ ਅਤੇ ਆਪਣੇ ਅੱਗੇ ਲਿਆਉਂਦੇ ਨੇ ਇਹ ਨਹੀਂ ਹੋਇਆ ਕਿ ਖਰੀਦਿਆ ਜਾਨਵਰ ਜ਼ਿਆਦਾਤਰ ਅੱਗੇ ਲਿਆਉਂਦਾ ਹੋਵੇ ਕਿਆ ਬਾਤ ਉਹਨਾਂ ਦੇ ਅੱਗੋਂ ਬੱਚੇ ਲੈ ਲੈਣ ਤਾਂ ਯਾਨੀ ਓਨਰਸ਼ਿਪ ਲਈ ਹੈ ਕਿ ਵੀ ਇਹ ਮੇਰਾ ਹੈ ਉੱਥੋਂ ਜਾ ਕੇ ਅਤੇ ਮਤਲਬ ਇਹ ਸਾਰੇ ਜਿਹੜੇ ਨਾ ਇਹ ਫਖਰ ਹੈ ਕਿ ਘਰ ਦੇ ਹੁਣ ਇਹ ਵੀ ਕਰਦਾ ਤੰਬਾਕੂ ਕਰਦਾ ਪਿੱਛੇ ਗੱਟੂ ਕਰਦਾ 2-4 ਹੋਰ ਨੇ ਜਿਹੜੇ ਮੀਡੀਆ ਤੋਂ ਪਹਿਲਾਂ ਗੁਜ਼ਰੇ ਨੇ ਉਹ ਵੀ ਕਰਦੇ ਹੀ ਸਨ ਕਿਆ ਬਾਤ ਮਤਲਬ ਇੰਝ ਨਹੀਂ ਹੈ ਕਿ ਮੰਗ ਤੰਗ ਕੇ ਲੈਣ ਦਾ ਦੀਆ ਸਰ ਤੁਹਾਡੇ ਹੌਸਲੇ ਬੁਲੰਦ 16 ਫਰਵਰੀ ਇਨਸ਼ਾਅੱਲਾ ਪੀਕੇ ਇਨਸਾਫ ਗਰੁੱਪ ਦਾ ਮੁਕਾਬਲਾ ਪਾਕ ਕਸ਼ਮੀਰ ਪੈਂਥਰ ਗਰੁੱਪ ਅੱਲਾਹ ਪਾਕ ਸਾਹਿਬ ਨੂੰ ਸਿਹਤ ਦੇ ਜੋੜ ਨੰਬਰ 12 ਤੇ ਤੁਹਾਡਾ ਕੁੱਤਾ ਸ਼ਰਾਬੀ ਨਾ ਗਾਂਢੀ ਹੈ ਅਜੇ ਤਾਂ ਸਾਡੀ ਉਮੀਦ ਤੋਂ ਇਹੀ ਹੈ ਸਾਡਾ ਥੱਲੇ ਦਿੱਤਾ ਮੋਂਡਾਪ ਸਾਹਿਬ ਨੇ ਵੀਡੀਓ ਮੈਂ ਦੇਖੀ ਹੈ ਜੀ ਬਿਲਕੁਲ ਵੀਡੀਓ ਮੈਂ ਚੌਧਰੀ ਜ਼ੁਲਫਕਾਰ ਚੱਠਾ ਸਾਹਿਬ ਵਾਲਾ ਥੱਲੇ ਆ ਗਿਆ ਜੀ ਚੱਲੂ ਜੀ ਤੇ ਉਹਨਾਂ ਨੇ ਬਾਬੂ ਅਮਜਦ ਭੱਟ ਸਾਹਿਬ ਨੇ ਬਕਾਇਦਾ ਅੰਡੋਰਸ ਕੀਤਾ ਜੀ ਨਾਂ ਲਿਆ ਕੇ ਮਤਲਬ ਕਾਮਰਾਨ ਵਾਹਣ ਵਾਲਾ ਸਰਗੋਦੇ ਵਾਲਾ ਸਰਗੋਦੇ ਵਾਲਾ ਹਾਂਜੀ ਤੇ ਬਾਅਦ ਬੇਲੀਆਂ ਨੇ ਨਾਲੇ ਵੀ ਕਿਹਾ ਜੀ ਸ਼ਰਾਬੀ ਸ਼ਰਾਬੀ ਬਿਲਕੁਲ ਸਰ 15 ਤਰੀਕ ਨੂੰ ਗਾਂਢੀ ਹੋ ਗਿਆ ਸ਼ਰਾਬੀ ਜੀ ਸ਼ਾਨੀ ਮੀਰਵਾਲ ਦੇ ਖਿਲਾਫ ਬਿਲਕੁਲ ਅੱਲਾ ਕਰੇ ਉੱਥੇ ਜਿਹੜਾ ਵੀ ਰਿਜ਼ਲਟ ਆਏ ਅੱਛਾ ਆਏ ਹਾਂਜੀ ਤੇ ਸ਼ਰਾਬੀ ਤੁਹਾਡਾ ਪਾਬੰਦ ਹੈ 16 ਫਰਵਰੀ ਨੂੰ ਇਨਸ਼ਾਅੱਲਾ ਸਰ ਥੋੜ੍ਹਾ ਸਾਈਜ਼ ਦਾ ਫਰਕ ਹੈ ਉਹ ਇਸ਼ੂ ਨਹੀਂ ਰਿਹਾ ਹੁਣ ਹਾਂ ਉਹ ਇਸ ਤਰ੍ਹਾਂ ਨਹੀਂ ਇਸ਼ੂ ਰਿਹਾ ਕਿ ਅਸੀਂ ਦਿੱਤਾ ਥੱਲੇ ਹਾਂਜੀ ਉਹ ਅਗਰ ਨੇਮ ਕਾਲ ਨਾ ਕਰਦੇ ਯਾਨੀ ਨਾਂ ਨਾ ਲੈਂਦੇ ਹਾਂ ਸ਼ਰਾਬੀ ਦਾ ਨਾਂ ਨਾ ਲੈਂਦੇ ਹਾਂ ਇਸ਼ੂ ਨਹੀਂ ਸੀਗਾ ਸਰ ਨਹੀਂ ਮੈਂ ਹੋਰ ਗੱਲ ਕੀਤੀ ਜੀ 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 ਥੋੜ੍ਹਾ ਸਾਈਜ਼ ਦਾ ਫਰਕ ਹੈ ਜੀ ਜੀ ਤੁਹਾਡੀ ਕੋਈ ਨਬਜ਼ ਧੜਕੀ ਹੋਵੇ ਜਦੋਂ ਸ਼ਰਾਬੀ ਉੱਤੇ ਲੱਗਾ ਨਹੀਂ ਉਹ ਇਸ ਤਰ੍ਹਾਂ ਕਿ ਜਦੋਂ ਦਿੱਤਾ ਥੱਲੇ ਹਾਂ ਉਹ ਸਾਗਰ ਦਿਲ ਜਦੋਂ ਯਾਰ ਨੂੰ ਦੇ ਛੱਡਿਆ ਫਿਰ ਇਣ ਬਿਣ ਆਉਣ ਬਣ ਆਉਣ ਵਰਤੀ ਜਦੋਂ ਦੇ ਥੱਲੇ ਛੱਡਿਆ
ਉਹ ਜਿਹੜਾ ਮਰਜ਼ੀ ਲਾਉਣ, ਉਹ ਫਿਰ ਵੱਡਾ ਲਾਉਣ ਛੋਟਾ ਲਾਉਣ, ਉਹਨਾਂ ਨੇ ਫਿਰ ਸ਼ਰਾਬੀ ਲਾਇਆ ਜੀ। ਯੈਸ ਸਰ। ਦਿਲ ਧੜਕਿਆ ਜੀ? ਨਹੀਂ 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 ਧੜਕਿਆ, ਅੱਲਾਹ ਪਾਕ ਖੈਰ ਕਰੇ, ਜ਼ਿੰਦਗੀ 'ਚ ਆਇਆ, ਹੌਸਲੇ ਬੁਲੰਦ ਜੀ, ਅਲਹਮਦੁਲਿਲਾ। ਸਰੇ ਵੀ ਇੱਕ ਤਾਰੀਖੀ ਜੋੜ ਹੋਏਗਾ ਇਨਸ਼ਾਅੱਲਾ। ਚੱਲੂ ਦਾ ਵੀ ਟਾਈਮ ਜਿਹੜਾ 26 ਮਿੰਟ 'ਤੇ ਪਿੰਡੀ ਪੱਟੀਆਂ ਮੈਚ ਵਧਿਆ ਜੀ, ਜੀ, ਅਤੇ ਸ਼ਰਾਬੀ ਨੇ ਤਾਂ 2-3-4 ਮਿੰਟ ਤੋਂ ਉੱਤੇ ਅੱਜ ਤਾਈਂ ਕੁੱਤਾ ਨਹੀਂ ਜਾਣ ਦਿੱਤਾ ਜੀ। ਬ੍ਰਾਂਡ ਹੈ ਜੀ ਉਹ, ਤਾਂ ਇਸ ਤਰ੍ਹਾਂ ਹੀ ਉਹ, ਤਾਂ ਇਸ ਤਰ੍ਹਾਂ ਹੀ ਮਜ਼ੇ। ਲੇਕਿਨ ਇਹ ਖੇਲ ਹੈ, ਹਾਂ ਇਹ ਖੇਲ ਹੈ। ਵੇਖੋ ਨਾ ਜੀ, ਅਗਰ ਅਸੀਂ 5 ਮੈਚ ਵੀ ਹੋਰ ਲੜਾ ਲਈਏ ਅਤੇ ਬਚ ਕੇ ਲੜਾ ਲਈਏ ਤਾਂ ਹੋਰ ਗੱਲ ਹੋਰ ਹੈ। ਅਸੀਂ ਮਤਲਬ ਫਰੰਟ ਤੋਂ ਲੜਾਂਗੇ, ਅੱਲਾਹ ਪਾਕ ਖੈਰ ਕਰੇ, ਉਹ ਜੋ ਰੱਬ ਦੇ ਰੱਬ ਜਿਹੜੀ ਚੀਜ਼ ਦਿੱਤੀ ਕਬੂਲ ਹੈ। ਮੁਕਾਬਲਾ ਹੋਏਗਾ ਇਨਸ਼ਾਅੱਲਾ, ਜ਼ਰੂਰ ਹੋਏਗਾ। 2-3 ਮਿੰਟਾਂ ਵਾਲਾ ਕੰਮ ਨਹੀਂ ਹੈ ਇਨਸ਼ਾਅੱਲਾ, ਉਮੀਦ ਹੈ ਜੀ ਨਹੀਂ ਹੋਏਗਾ। ਸਰ ਤੁਹਾਡਾ ਕੁੱਤਾ ਜ਼ਿਆਦਾ ਕਿੱਥੇ ਲੱਗਦਾ? ਸਾਡਾ ਤਾਂ ਅੱਲਾਹ ਨੂੰ ਪਤਾ ਕਿੱਥੇ ਲੜਦਾ, ਲੇਕਿਨ ਉਹ ਵਾਲਾ ਜਿਹੜੀ ਉਹਦੀ ਲੜਾਈ ਹੈ, ਠੀਕ ਹੈ, ਸਿਰ ਦੀ ਲੜਾਈ ਦਾ, ਸਿਰ ਦੀ ਲੜਾਈ, ਹਾਂਜੀ। ਸਰ ਮੇਰਾ ਵੀ ਬਾਹਰ ਦਫ਼ਾ ਲੱਗਾ ਵੀ ਲੱਤਾਂ 'ਤੇ, ਮੇਰਾ ਵੀ ਥੋੜ੍ਹਾ ਤਜਰਬਾ ਹੈ ਜੀ, ਕਿ ਅਗਰ ਉਹ ਇਹਦੇ ਤੋਂ 2 ਇੰਚ ਬੜਾ ਹੈ ਜੀ ਅਤੇ ਇਹ ਉਹਦੇ ਤੋਂ 4 ਇੰਚ ਲੰਮਾ ਹੈ ਜੀ, ਇਸ ਤਰ੍ਹਾਂ ਜਿਹੜੇ ਕੁੱਤਿਆਂ ਦੀ ਵੇਲ ਜ਼ਿਆਦਾ ਅੱਛੀ ਹੁੰਦੀ ਜਦੋਂ ਖਰਨਾਲੇ 'ਤੇ ਜਾਂਦੇ ਆ ਨਾ, ਅਤੇ ਉਹ 31 ਵੀ ਹੋਣ ਤਾਂ 33 ਨਾਲ ਬਰਾਬਰ ਹੋ ਜਾਂਦੇ। ਸਾਡੇ ਮੁਤਾਬਕ ਵੱਡਾ ਨਹੀਂ ਉਹ, ਸਾਡੇ ਮੁਤਾਬਕ ਇੱਕੋ ਜਿਹੇ ਦੇ। ਕਿਆ ਵੱਡੇ ਵਾਲੀ ਗੱਲ, ਅਸੀਂ ਨਹੀਂ ਸਮਝਦੇ। ਤੁਹਾਡੇ ਹੌਸਲੇ ਬੜੇ ਬੁਲੰਦ ਜੀ। ਸਰ ਪਾਕਿਸਤਾਨ 'ਚ ਇਸ ਟਾਈਮ ਕਿਹੜਾ ਗਰੁੱਪ ਟਾਪ 'ਤੇ ਹੈ ਜਿਹੜਾ ਸਿਲੈਕਸ਼ਨ ਦੇ ਬਾਰੇ 'ਚ ਅੱਛੇ ਮੈਚ ਲੜਾ ਰਿਹਾ? ਮੈਂ ਸਮਝਦਾ ਜੀ, ਜਿਹੜਾ ਜਿਹਦੇ ਨਾਲ ਹਾਲਾਤ 'ਚ ਸ਼ੌਕ ਸਾਰੀ ਦੁਨੀਆ ਬਹੁਤ ਪੁਰਾਣਾ ਟੁਰੀ ਜੀ ਜੀ, ਲੇਕਿਨ ਜਿਹਨਾਂ ਹਾਲਾਤ ਦੇ ਵਿੱਚ ਛੋਟੇ ਗਰੁੱਪ ਨੂੰ, ਡਿੱਗੇ ਹੋਏ ਗਰੁੱਪ ਨੂੰ ਚੁੱਕ ਕੇ ਉਦਾਂ ਭਾਈ ਮੋਹਨ ਨੇ ਲਿਆਂਦਾ ਹੈ, ਇਨਕ੍ਰੈਡੀਬਲ। ਸਰ ਮੋਹਨ ਦਾ ਇਹ ਗਰੁੱਪ, ਪਾਕ ਇਤਿਹਾਦ ਗਰੁੱਪ ਪਾਕਿਸਤਾਨ 'ਚ ਬਹੁਤ ਪੁਰਾਣਾ ਸੀ, ਖਾਨ ਅਬਦੁਲ ਕਯੂਮ ਖਾਨ ਸਾਹਿਬ ਨੇ ਇਹਨੂੰ ਲੀਡ ਕੀਤਾ ਜੀ, ਇਸ ਤਰ੍ਹਾਂ ਇਹਨੂੰ ਤੁਸੀਂ ਛੋਟਾ ਕਿਸ ਤਰ੍ਹਾਂ ਕਹਿ ਸਕਦੇ ਹੋ? ਜਿਸ ਵਕਤ ਉਹਨਾਂ ਨੂੰ ਲੀਡਰਸ਼ਿਪ ਮਿਲੀ ਹੈ, ਹਾਂ ਉਦੋਂ ਛੋਟਾ ਹੋ ਚੁੱਕਿਆ। ਸਰ ਸਾਰੇ ਸ਼ਿਕਾਰੀ ਜੀ ਜਿਹੜੇ ਖਾਨ ਸਾਹਿਬ ਨਾਲ ਤਲਕ ਸੀ ਉਹਨਾਂ ਦਾ ਜੀ, ਸਾਰੇ ਮੋਹਨ ਭਾਈ ਦੇ ਨਾਲ ਆਏ? ਨਹੀਂ, ਉਹ ਉਸ ਵਕਤ ਨਹੀਂ ਆਏ ਨਾਲ। ਅੱਛਾ, ਕੁਛ ਕਾਫੀ ਸਲਿਪ ਕਰ ਗਏ ਸਨ, ਥੋੜ੍ਹੇ ਸਨ, ਮੈਨੂੰ ਯਾਦ ਹੈ ਜੀ, ਕੁਛ ਮੁਸ਼ਕਲਾਂ ਆਈਆਂ ਸਨ, ਲੇਕਿਨ ਮੋਹਨ ਭਾਈ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਜੀ। ਬਿਲਕੁਲ ਜੀ, ਕਮਾਲ ਕੀਤਾ ਉਹਨਾਂ ਜੀ, ਛੋਟੇ ਗਰੁੱਪ ਨੂੰ, ਛੋਟੇ ਹੋਏ ਗਰੁੱਪ ਨੂੰ ਵੱਡਾ ਕੀਤਾ, ਵੱਡਾ ਕਰਕੇ ਫਿਰ ਸਾਬਤ ਕੀਤਾ, ਸਾਬਤ ਕਰਕੇ। ਵੇਖੋ ਇਸ ਟਾਈਮ ਮੈਂ ਨਹੀਂ ਕਹਿ ਰਿਹਾ, ਮੁਬਾਲਗਾ ਨਹੀਂ ਇਸ ਗੱਲ 'ਚ, ਅੱਲਾਹ ਦੇ ਹੁਕਮ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਗਰੁੱਪ ਬਣਾ ਕੇ ਦਿਖਾ ਸਾਹਿਬ ਨੂੰ ਪੇਸ਼ ਕੀਤਾ ਵਾਪਸ। ਸਰ ਪਾਕਿਸਤਾਨ ਦਾ ਬੜਿਆਂ ਗਰੁੱਪਾਂ 'ਚ ਸ਼ੁਮਾਰ ਹੈ ਪੀਕੇ ਇਨਸਾਫ ਗਰੁੱਪ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਖਾਨ ਸਾਹਿਬ ਵੀ ਆ ਗਏ ਜੀ, ਹੁਣ ਤਾਂ ਗੱਲ ਹੀ ਮੁੱਕ ਗਈ ਨਾ ਜੀ, ਹੁਣ ਤਾਂ ਸਾਨਾ ਦੇ ਭੇੜ ਹੈ। ਹੁਣ ਖਾਨ ਸਾਹਿਬ ਜਾਣਨ ਤੇ ਚੌਧਰੀ ਅੱਲਾ ਦਾ ਨੰਬਰਦਾਰ ਜਾਣੇ, ਅੱਲਾ ਪਾ ਖੈਰ ਕਰੇ। ਆਪਾਂ ਤਾਂ ਤਮਾਸ਼ਾ ਹੀ ਆ, ਸ਼ਾਇਕੀਨ ਆ, ਆਪਣੀ ਦੁਆ ਹੈ ਕਿ ਅੱਲਾ ਤਾਲਾ ਦੋਨਾਂ ਗਰੁੱਪਾਂ ਨੂੰ ਕਾਮਯਾਬ ਕਰੇ, ਸ਼ੌਕ ਸ਼ਿਕਾਰ ਨੂੰ ਅੱਲਾ ਤਾਲਾ ਕਾਮਯਾਬ ਕਰੇ। ਸਰ ਆਖਰੀ ਸਵਾਲ, ਪਸੰਦੀਦਾ ਸਾਲਸ? ਇਹ ਮੁਸ਼ਕਲ ਸਵਾਲ ਸਰ, ਤੁਸੀਂ ਮੈਰਿਟ ਦੀ ਗੱਲ ਕਰਨੀ, ਮੁਸ਼ਕਲ ਹੈ ਜਾਂ ਆਸਾਨ ਹੈ? ਇਹਨੂੰ ਤੁਸੀਂ ਨਾ ਮੇਰੀ ਪਰਸਨਲ ਰਹਿਣ ਦਿਓ ਸਰ, ਇਹ ਹੋ ਹੀ ਨਹੀਂ ਸਕਦਾ। ਮੈਂ ਆਪਣੇ ਮੇਰੇ ਜਿਹੜੇ ਮੇਰੇ ਮੈਂਬਰ ਹੈ, ਮੇਰੇ ਯੂਟਿਊਬਰ ਦੇ ਸਬਸਕ੍ਰਾਈਬਰ ਹੈ, ਉਹਨਾਂ ਨੇ ਇਹ ਗੱਲ ਜ਼ਰੂਰ ਸੁਣਨੀ ਹੈ। ਰਾਏ ਜ਼ਿਆਉਲਾ ਕਮਾਲੀਆ, ਰਾਏ ਜ਼ਿਆਉਲਾ ਸਾਹਿਬ, ਚੇਅਰਮੈਨ ਸਾਹਿਬ, ਪਾਕ ਫਰੈਂਡ ਗਰੁੱਪ ਦੇ ਸਰਪ੍ਰਸਤ ਆਲਾ, ਰਈਸ ਆਜ਼ਮ ਕਮਾਲੀਆ ਜੀ, ਇਸ ਤਰ੍ਹਾਂ ਰਾਏ ਜ਼ਿਆਉਲਾ ਸਾਹਿਬ, ਤੁਹਾਡੇ ਪਸੰਦੀਦਾ ਸਾਲਸ ਜੀ, ਇਸ ਸਰ ਬਹੁਤ ਸ਼ੁਕਰੀਆ, ਵਸਦੇ ਰਹੋ ਜੀ। ਲੈ ਬੇਲੀਆ ਝੱਲੂ ਨੂੰ ਖੜਾ ਕਰਨਾ ਇੱਕ ਵਾਰੀ, ਕਿਆ ਬਾਤ ਹੈ, ਚੱਲ ਉੱਠ ਪਓ। ਬਹੁਤ ਅੱਛਾ ਹੈਡ ਬੇਲੀਓ, ਬਹੁਤ ਅੱਛਾ ਹੈਡ ਲੱਗਿਆ, ਕਿਆ ਬਾਤ ਹੈ ਬੇਲੀਓ, ਫਰੰਟ ਬਹੁਤ ਅੱਛਾ, ਉੱਤੇ ਕੁੱਤੇ ਦਾ ਧੜ, ਸੀਨਾ, ਕੰਡ,
ਬਾਡੀ ਬਹੁਤ ਅੱਛੀ, ਲੱਤਾਂ ਹੀ ਛੋਟੀਆਂ ਹੈ ਬਾਕੀ ਆਮ ਜਿਹੜਾ ਸਾਨੂੰ ਦਿੱਤੇ ਹੀ ਛੋਟੀਆਂ ਲੱਤਾਂ ਵਾਲੇ ਨੇ ਉਤਲੇ ਪਾਸੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਇਹ ਚੱਲੂ, ਇਹ ਇੰਤਜ਼ਾਰ ਕਰ ਰਿਹਾ ਜੀ 16 ਫਰਵਰੀ ਨੂੰ ਸ਼ਰਾਬੀ ਦਾ, ਵਿਕਾਸ ਬਾਜਵਾ ਸਾਹਿਬ ਦਾ ਸ਼ਰਾਬੀ, ਮਲਕ ਕਾਮਰਾਨ ਆਵਾਨ ਸਾਹਿਬ ਦਾ ਸ਼ਰਾਬੀ, ਰਈਸ ਆਜ਼ਮ ਸਰਗੋਧੇ ਦੇ ਇੱਕ ਬ੍ਰਾਂਡ ਸ਼ਰਾਬੀ, ਉਹਦਾ ਮੁਕਾਬਲਾ ਕਰੇਗਾ ਜੀ ਇਹ ਚੱਲੂ। ਇਹਦੇ ਮਾਲਕ ਚੌਧਰੀ ਜ਼ੁਲਫਕਾਰ ਚੱਠਾ ਸਾਹਿਬ, ਰਈਸ ਆਜ਼ਮ ਅਲੀਪੁਰ ਚੱਠਾ, ਪਿੰਡੋਰੀ ਕਲਾਂ ਗੁਜਰਾਂਵਾਲਾ। ਮਜ਼ਾ ਆਇਆ ਜੀ, ਪੀ ਕੇ ਇਨਸਾਫ ਗਰੁੱਪ ਦਾ ਬਹੁਤ ਬਹੁਤ ਅੱਛਾ ਜਾਨਵਰ, ਬਹੁਤ ਸ਼ੁਕਰੀਆ, ਅੱਲਾ ਕਾਮਯਾਬ ਕਰੇ ਜੀ। ਜਨਾਬੇ ਅਲੀ ਚੌਧਰੀ ਜ਼ੁਲਫਕਾਰ ਚੱਠਾ ਸਾਹਿਬ, ਪਾਕਿਸਤਾਨ ਜ਼ਿੰਦਾਬਾਦ ਜੀ, ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਜੀਤੇ ਰਹੋ ਜੀ।